ਉਹ ਕੁਲੈਣਾ ਬਖ ਦੁਬਾਰਾ ਮੇਰੇ ਤੇ ਫੇਰ ਆ ਗਿਆ। ਅੱਜ ਫੇਰ ਗੱਲ ਮੇਰੀ ਹੋਣ ਤੇ ਆ ਗਈ ਹੈ। ਅੱਜ ਉਹ ਜ਼ਾਲਮ ਲੋਕ ਮੇਰਾ ਮਲੀਆ ਮੇਟ ਕਰ ਦੇਣਾ ਚਾਹੁੰਦੇ ਹੈ। ਤੇਰੀ ਮੌਤ ਦੀ ਵਜ੍ਹਾ ਆਹ ਬੁੱਧ ਲੋਕ ਨੇ ਜਿਨ੍ਹਾਂ ਨੂੰ ਆਪਣੀ ਹੋਂਦ ਬਾਰੇ ਨਹੀਂ ਪਤਾ। ਕਈ ਵਾਰ ਛੱਡ ਪਰੇ ਉੱਥੇ ਕੀ ਕਰਾਂਗੇ, ਮੁਕੱਦਮਾ ਨਾ ਦਰਜ ਹੋ ਜੇ, ਫੜੇ ਨਾ ਜਾਗੇ, ਡਾਂਗਾ ਨਾ ਪੈ ਜਾਣ। ਗੱਲਾਂ ਕਰਦੇ ਹਾਂ ਅਸੀਂ ਬਹੁਤ ਵੱਡੇ ਇਤਿਹਾਸ ਦੇ ਵਾਰਸ ਹਾਂ। ਆਨੰਦਪੁਰ ਸਾਹਿਬ ਦੇ ਕਿਲੇ ਨੂੰ ਸੱਤ ਮਹੀਨੇ ਘੇਰਾ ਪਿਆ ਰਿਹਾ ਸੀ। ਛੱਡਦੇ ਗੱਲਾਂ ਹੁਣ ਤੇ ਨਹੀਂ, ਸਾਨੂੰ ਸਮੇਂ ਨੇ ਕਦੇ ਮਾਫ ਨਹੀਂ ਕਰਨਾ, ਕਦੇ ਇਤਿਹਾਸ ਨੇ ਮਾਫ ਨਹੀਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਂ ਪਾਣੀਆਂ ਦੀ ਧਰਤੀ ਦੇ ਪੁੱਤਰੋ, ਮੈਂ ਪੰਜਾਬ ਬੋਲਦਾ। ਪੰਜਾਬ ਉਹ ਪੰਜਾਬ ਜਿਹੜਾ ਸਮੇਂ ਸਮੇਂ ਤੇ ਯਾਵਰਾਂ ਨੇ ਨਾਵਰਾਂ ਨੇ ਨਤਾੜਿਆ ਗਿਆ, ਦੱਬਿਆ ਗਿਆ, ਕੁਚਲਿਆ ਗਿਆ, ਪਰ ਮੈਂ ਫੇਰ ਆਪਣੇ ਪੈਰਾਂ ਤੇ ਉੱਠ ਖੜਾ ਹੁੰਦਾ ਰਿਹਾ। ਉਹ ਪੰਜਾਬ ਜਿਹੜੇ ਪੰਜਾਬ ਨੇ ਸਮੇਂ ਸਮੇਂ ਤੇ ਵੱਡੇ ਵੱਡੇ ਮਹਾਂਬਲੀ ਯੋਧਿਆਂ ਸੂਰਮਿਆਂ ਨੂੰ ਜਨਮ ਦਿੱਤਾ। ਉਹ ਪੰਜਾਬ ਜਿਹੜਾ ਜਾਬਰਾਂ ਦਾ ਨੱਕ ਮੋੜਦਾ ਰਿਹਾ, ਨਾਵਰਾਂ ਦੀ ਧੌਣ ਭੰਨਦਾ ਰਿਹਾ। ਉਹ ਪੰਜਾਬ ਜਿਹੜੇ ਨੇ ਕਦੇ ਈਨ ਨਹੀਂ ਮੰਨੀ। ਉਹ ਪੰਜਾਬ ਜਿਹੜਾ ਦੀਨ ਦੁਨੀਆਂ ਦਾ ਰਖਵਾਲਾ ਰਿਹਾ, ਮਨੁੱਖਤਾ ਲਈ ਲੜਦਾ ਰਿਹਾ। ਸੋ ਮੇਰੇ ਪੁੱਤਰੋ, ਅੱਜ ਫੇਰ ਉਹ ਕੁਲੈਣਾ ਬਖ ਦੁਬਾਰਾ ਮੇਰੇ ਤੇ ਫੇਰ ਆ ਗਿਆ। ਅੱਜ ਫੇਰ ਗੱਲ ਮੇਰੀ ਹੋਣ ਤੇ ਆ ਗਈ ਹੈ, ਗੱਲ ਮੇਰੇ ਵਜੂਦ ਤੇ ਆ ਗਈ ਹੈ। ਉੱਠੋ ਮੇਰੇ ਪੁੱਤਰੋ, ਉੱਠੋ, ਅੱਜ ਤੁਹਾਡੀ ਲੋੜ ਹੈ ਮੈਨੂੰ। ਕਿਉਂਕਿ ਅੱਜ ਉਹ ਜ਼ਾਲਮ ਲੋਕ ਮੇਰਾ ਮਲੀਆ ਮੇਟ ਕਰ ਦੇਣਾ ਚਾਹੁੰਦੇ ਹੈ, ਮੇਰੀ ਇਸ ਵਿਰਾਸਤ ਨੂੰ ਖਾ ਜਾਣਾ ਚਾਹੁੰਦੇ ਹੈ, ਮੇਰੀ ਇਸ ਸੱਭਿਅਤਾ ਨੂੰ ਉਜਾੜ ਦੇਣਾ ਚਾਹੁੰਦੇ ਹੈ, ਮੇਰੀ ਹੋਂਦ ਨੂੰ ਖਤਮ ਕਰ ਦੇਣਾ ਚਾਹੁੰਦੇ ਹੈ। ਜੇ ਅੱਜ ਨਾ ਉੱਠੇ ਤਾਂ ਯਾਦ ਰੱਖਿਓ, ਇਹ ਪੰਜਾਬ ਇਤਿਹਾਸ ਦੇ ਰੱਦੀ ਪੰਨੇ ਵਾਂਗੂ ਵਰ ਕੇ ਰਹਿ ਜਾਏਗਾ, ਕਦੇ ਕਿਤਾਬਾਂ ਚ ਪੜਿਆ ਜਾਇਆ ਕਰੂਗਾ ਕਿ ਕਦੇ ਕੋਈ ਇੱਥੇ ਮਹਾਨ ਪੰਜਾਬ, ਕੋਈ ਮਹਾਨ ਵਿਰਾਸਤ ਜਿਉਂਦੀ ਹੁੰਦੀ ਸੀ, ਇਹ ਖਿੱਤਾ ਬੜਾ ਆਬਾਦ ਹੁੰਦਾ ਸੀ, ਇਹਦੇ ਲੋਕ ਬੜੇ ਖੁਸ਼ਹਾਲ ਹੁੰਦੇ ਸੀ, ਇਹਦੇ ਲੋਕ ਬੜੇ ਬਹਾਦਰ, ਬੜੇ ਸੂਰਮੇ ਹੁੰਦੇ ਸੀ, ਇਹਦੇ ਲੋਕ ਹਮੇਸ਼ਾ ਜ਼ੁਲਮ ਦੇ ਨਾਲ ਟਕਰਾਉਣ ਵਾਲੇ ਹੁੰਦੇ ਸੀ। ਸੋ ਆਓ ਮੇਰੇ ਪੁੱਤਰੋ, ਅੱਜ ਘਰਾਂ ਚ ਬੈਠ ਕੇ ਗੱਲ ਨਹੀਂ ਬਣਨੀ, ਮੈਂ ਤੁਹਾਨੂੰ ਗੱਲ ਸੁਣਾਉਣੀ ਚਾਹੁੰਦਾ। ਦੇਖਿਓ ਕਦੇ ਸਾਡੇ ਨਾਲ ਵੀ ਉਹ ਨਾ ਹੋ ਜਾਵੇ। ਕਹਿੰਦੇ ਇੱਕ ਵਾਰੀ ਨੈਪੋਲੀਅਨ ਨੇ ਕਿਸੇ ਜੰਗ ਦੇ ਵਿੱਚ ਇੱਕ ਬਹੁਤ ਬਹਾਦਰ ਸੂਰਮੇ ਨੂੰ, ਜਿਹਦਾ ਨਾਮ ਮੁਹੰਮਦ ਕਰੀਮ ਸੀ, ਫੜ ਲਿਆ। ਜਦੋਂ ਫੜ ਕੇ ਉਹਨੂੰ ਨੈਪੋਲੀਅਨ ਦੇ ਪੇਸ਼ ਕੀਤਾ ਗਿਆ ਤਾਂ ਨੈਪੋਲੀਅਨ ਨੇ ਕਿਹਾ ਕਿ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ, ਕਿਉਂਕਿ ਤੂੰ ਬਹੁਤ ਸੂਰਮਾ ਵੱਡਾ ਹੈ, ਬਹੁਤ ਸ਼ੂਰਮਗਤੀ ਦੇ ਨਾਲ ਤੂੰ ਲੜਿਆ ਹੈ, ਪਰ ਮੇਰੇ ਸਿਪਾਹੀਆਂ ਦੀਆਂ ਜਾਨਾਂ ਗਈਆਂ ਨੇ ਤੇ ਇਹਨਾਂ ਜਾਨਾਂ ਬਦਲੇ ਤੂੰ ਮੈਨੂੰ 10,000 ਜਿਹੜੀਆਂ ਮੋਹਰਾਂ ਉਹ ਲਿਆ ਕੇ ਦੇ। ਤਾਂ ਮੁਹੰਮਦ ਕਰੀਮ ਨੂੰ ਹੱਥਕੜੀਆਂ ਲਾ ਕੇ ਬਾਜ਼ਾਰ ਦੇ ਵਿੱਚ ਲਿਜਾਇਆ ਗਿਆ। ਤਾਂ ਉਹਨੇ ਆਪਣੇ ਲੋਕਾਂ ਨੂੰ ਕਿਹਾ ਕਿ ਮੈਨੂੰ 10,000 ਮੋਹਰਾਂ ਚਾਹੀਦੀਆਂ ਨੇ। ਤਾਂ ਉਹਦੇ ਲੋਕਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਤੇਰੀ ਜੰਗ ਕਰਕੇ ਸਾਡਾ ਵੱਡਾ ਵੱਡਾ ਨੁਕਸਾਨ ਹੋਇਆ, ਬੜਾ ਵੱਡਾ ਨੁਕਸਾਨ ਹੋਇਆ,
तेरी लड़ाई करके साडा आर्थिक नुकसान होया, तेरे करके साडा व्यापार खत्म हो गया, असी तेनू मोहरा नहीं दे सकते। तो जो मुहम्मद करीम दोबारा नैपोलियन को लिया गया तो नैपोलियन ने कहा कि तेरी मौत की वजह मेरे सिपाही नहीं है, तेरी मौत की वजह आओ बुजुर्ग लोग ने जिन्हां नूं अपनी होंद बारे नहीं पता, जिन्हां नूं अपने वजूद बारे नहीं पता, जिन्हां लोकां खातर तू लड़ रहा सी, जिन्हां लोकां नूं बचाउण खातर, जिन्हां दी होंद खातर तू लड़ रहा सी, उन्हां लोकां नूं तां अपने व्यापारां दी पई है, अपने आर्थिक नुकसान दी पई है। यह हुंदी आ भरावो गुलाम मानसिकता दीआं निशानियां। समझो गल कित्थे खड़ी है। अज फिर पंजाब उस मरहले दे उत्ते खड़ा है, उस मोड़ ते खड़ा है कि गल साडे पंजाब दे वजूद दी है, जिन्हां नूं अज भी लगी जांदा है जां अज भी डर के घरां च बैठे हां कि यार छड परे उत्थे की करांगे, मुकदमा ना दर्ज हो जाए, फड़े ना जागे, डांगा ना पै जान। ता भरावो इस तरह दीआं बुजदल कौमां दुनिया तो खत्म हो जांदियां ने, जिहड़ियां कौमां अपने हक्कां लई लड़ना भुल जांदियां ने, अपने वजूद नूं बचाउण लई नहीं जूझदियां, नहीं लड़दियां, ओह कौमां दुनिया तो नामो निशान मिट जांदा है। ओह की होया, छोटी जी गल पिछे असीं इन्नी निराशा चले गए हां। ਗੱਲਾਂ ਕਰਦੇ ਅਸੀਂ ਬਹੁਤ ਵੱਡੇ ਇਤਿਹਾਸ ਦੇ ਵਾਰਸਾਂ। ਆਨੰਦਪੁਰ ਸਾਹਿਬ ਦੇ ਕਿਲੇ ਨੂੰ 7 ਮਹੀਨੇ ਘੇਰਾ ਪਿਆ ਰਿਹਾ ਸੀ। ਹਜ਼ਾਰਾਂ ਮੁਗਲ ਫੌਜ ਨੇ ਸਾਡੇ ਗੁਰੂ ਸਾਹਿਬਾਨ ਨੂੰ 7 ਮਹੀਨੇ ਘੇਰ ਕੇ ਰੱਖਿਆ। ਤਾਂ ਗੁਰੂ ਸਾਹਿਬਾਨ ਨੇ ਨਾ ਆਪਣਾ ਹੌਸਲਾ ਡੇ ਗਿਆ ਤੇ ਨਾ ਹੀ ਕਿਸੇ ਸਿੰਘ ਦਾ ਹੌਸਲਾ ਡਿੱਗਣ ਦਿੱਤਾ। ਹੱਲਾਸ਼ੇਰੀ ਦਿੰਦੇ ਰਹੇ। ਜਦੋਂ ਹੀ ਮੁਗਲਾਂ ਨੇ ਕਿਹਾ ਕਿ ਜੰਗ ਨਹੀਂ ਹੋਵੇਗਾ, ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ, ਤਾਂ ਪਰ ਜਦੋਂ ਗੁਰੂ ਸਾਹਿਬ ਬਾਹਰ ਨਿਕਲੇ ਤਾਂ ਮੁਗਲਾਂ ਨੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ਵਸੋੜਾ ਪੈ ਗਿਆ। ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਚਮਕੌਰ ਦੀ ਜੰਗ, ਖਦਰਾਣੇ ਦੀ ਜੰਗ, ਬੜਾ ਕੁਛ ਨੁਕਸਾਨ ਹੋਇਆ। ਉਹ ਜੇ ਉਹ ਸੋਚ ਲੈਂਦੇ ਵੀ ਛੱਡ ਪਰੇ ਆਪਾਂ ਕੀ ਲੈਣਾ, ਕਿਉਂ ਜਵਾਕ ਆਪਾਂ ਸ਼ਹੀਦ ਕਰਾਉਣੇ ਆ, ਕਿਉਂ ਪਰਿਵਾਰ ਮਰਵਾਉਣਾ ਹੈ, ਤਾਂ ਜਿਹੜੇ ਵਜੂਦ ਦੀ ਅਸੀਂ ਅੱਜ ਗੱਲ ਕਰਦੇ ਹਾਂ, ਜਿਹੜੀ ਪਹਿਚਾਣ ਦੀ ਅਸੀਂ ਗੱਲ ਕਰਦੇ ਹਾਂ, ਕੀ ਪਰੇ ਹੁੰਦੀ ਇਹ ਸੋਚੋ। ਸੋ ਆਓ ਭਰਾਓ, ਉੱਠੋ। ਮੈਂ ਦਿੱਲੀ ਤੋਂ ਪੰਜਾਬ ਆਇਆ, ਦਿੱਲੀ ਤੋਂ ਪੰਜਾਬ ਫਿਰ ਮੈਂ ਮੇਰੇ ਪੰਜਾਬ ਦੇ ਲੋਕਾਂ ਨੂੰ ਜਗਾਉਣ ਲਈ ਆਇਆ, ਮੇਰੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਵੱਲ ਜਾਣ ਲਈ ਪ੍ਰੇਰਿਤ ਕਰਨ ਆਇਆ ਕਿ ਆਓ ਮੇਰੇ ਪੰਜਾਬ ਦੇ ਲੋਕੋ, ਹੁਣ ਸਾਡੇ ਸਿਰ ਜੋੜਨ ਦੀ ਲੋੜ ਹੈ, ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਕਿਉਂਕਿ ਹਮਲਾ ਸਾਡੀ ਹੋਂਦ ਤੇ ਹੈ। ਪਰ ਮੈਨੂੰ ਇੱਕ ਗੱਲ ਦਾ ਦੁੱਖ ਹੈ ਕਿ ਸਾਡੀ ਹਾਲਤ ਹੈ ਨਾ ਜਿਹੜੀ, ਉਹ ਵੀ ਤੁਹਾਨੂੰ ਮੈਂ ਇੱਕ ਉਦਾਹਰਣ ਨਾਲ ਦੱਸੂੰਗਾ। ਕਹਿੰਦੇ ਜਦੋਂ ਹਿਟਲਰ ਯਹੂਦੀਆਂ ਤੇ ਹਮਲਾ ਕਰ ਰਿਹਾ ਸੀ ਤਾਂ ਇੱਕ ਯਹੂਦੀ ਨੌਜਵਾਨ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਇਹਨਾਂ ਹਾਲਾਤਾਂ ਦੇ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ? ਤਾਂ ਉਸ ਨੌਜਵਾਨ ਨੇ ਕਿਹਾ ਕਿ ਇਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਹਿਟਲਰ ਨਹੀਂ ਹੈ, ਇਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਵੱਡੇ ਸਾਡੇ ਆਗੂ ਨੇ। ਜਦੋਂ ਹੀ ਅਸੀਂ ਕਿਸੇ ਜ਼ੁਲਮ ਦਾ ਵਿਰੋਧ ਕਰਦੇ ਹਾਂ ਤਾਂ ਸਾਨੂੰ ਹੀ ਮਾੜਾ ਕਹਿਣ ਲੱਗ ਜਾਂਦੇ ਨੇ। ਸੋ ਭਰਾਵੋ, ਇਹ ਸਮਾਂ ਹੁਣ ਇੱਕ ਦੂਜੇ ਨੂੰ ਨਿੰਦਣ ਦਾ ਨਹੀਂ ਹੈ, ਭੰਡਣ ਦਾ ਨਹੀਂ ਹੈ, ਦੁਸ਼ਣਬਾਜ਼ੀ ਦਾ ਨਹੀਂ ਹੈ। ਛੱਡਦੇ ਹੋਏ ਗੱਲਾਂ ਹੁਣ ਤੇ ਨਹੀਂ, ਸਾਨੂੰ ਸਮੇਂ ਨੇ ਕਦੇ ਮਾਫ਼ ਨਹੀਂ ਕਰਨਾ,
कदे इतिहास ने माफ नहीं करना। तो इस करके आओ आपां इन्हां गल्लां बातां नूं छड्ड के वड्डी गिणती दे विच दिल्ली वल नूं चाले पाईए। सरकारां हुण होर भी हथकंडे बनाउण ते आ गईआं ने, देखण च आया पक्कीआं बैरीकेडां हो रहीआं ने, डरा रहे ने सरकारां, डरा रहीआं ने, रेल गड्डियां रद्द कीतीआं जा रहीआं ने, नैट बंद कर दित्ता गया, कोई गल नहीं, कोई फर्क नहीं पैंदा। जदों जंग दे मैदान च होईदा है, जदों संघर्षां दे मैदान च होईदा है, फिर बड़ा कुछ झरना पैंदा हुंदा है, बहुत कुछ सहना पैंदा हुंदा है। सो आओ तुहानूं इह बेनतीआं करन दे लई मैं दिल्ली तों पंजाब आया कि आओ मेरे पंजाब वासीओ, वास्ता तुहानूं तुहाडी मां धरती दा, वास्ता तुहानूं तुहाडे उहनां योधिआं दा, सूरबीरां दा, इस पंजाब दा, इस पंजां पाणीआं दा, कि तुसीं उठ के हुण दिल्ली वल नूं चाले पाओ। क्यों? मैं समझदा हां कि जीवन आ जिहड़ा, जिंदगी आ जिहड़ी, कहिंदे हुंदे आ इतिहास हमेशा टकराउण वालिआं दा लिखिआ जांदा है। जिहड़े हक्कां लई नहीं टकराउंदे, गोडे टेक दिंदे ने, इतिहास उहनां दा नहीं कदे लिखिआ जांदा, ना इतिहास उहनां नूं कदे माफ करदा। बंदा सोचता है कि मैं जिंदगी च पैदा होया, बचपन तों बाद जवानी आई, ब्याह होया, बाल बच्चे पैदा कीते, खाधा पीता, गड्डियां ते घूमिया, बुढ़ापा आ गया, मर गया, बस यही जिंदगी है, इसे नूं जिंदगी समझदे हो। मैं बड़ी वार स्टेजां ते गल करता हुंना कि जिंदगी नहीं है, जिंदगी जिंदा दिली दा नां हुंदी है, जिंदगी जाउण वालिआं नूं पता हुंदा है, जिहड़े असल मायनिआं दे विच जिंदगी जाउंदे ने, कि जिंदगी की है। सो आओ इह जिंदगी साडी पंजाब दे लेखे है, साडी धरती दे लेखे है, नहीं याद रखिओ समां बार बार नहीं मौके दिंदा हुंदा, जे अज वी ना उठे तां पर सदा लई बिठा दित्ते जाउंगे। आ बजट सैशन आया, देख लो अज ही तुसीं ते किवें सारा कुछ जिहड़ा बेचण दी तैयारी कर लई है। नहीं भरावो, अंदर वड़ वड़ के रोया करोंगे, पछताया करोंगे, आउण वालीआं नसलां, आउण वालीआं पुश्तां तों गालां खाया करोंगे, मूंह दिखाउण जोगे नहीं रहिणा तुसीं कि असीं की कीता, असीं क्यों नहीं दिल्ली गए, असीं क्यों नहीं अपने लोकां दा साथ दित्ता, क्यों नहीं उहनां दे नाल खड़े जाके असीं। सो आओ अज मैं पूरे पंजाब दे लोकां नूं, साडे किसानां नूं, मजदूरां नूं, व्यापारियां नूं, आड़तियां नूं, हर वर्ग दे लोकां नूं अपील करन पंजाब आया कि आओ, मसला कल्ले इक दा नहीं है, मसला कल्लियां जमीनां दा नहीं है, मसला कल्ला किसानी मजदूरी दा नहीं है, मसला हर इंसान दी रोजी रोटी दा, मसला हर इंसान दे भविख नाल जुड़िया होया, मसला हर इंसान दीआं आउण वालीआं नसलां नाल जुड़िया होया, मसला हर इंसान की होंद है, इस पंजाब की होंद, इस मिट्टी की होंद है। जिस मिट्टी नूं प्यार करते हो, मुहब्बत करते हो, तो फिर आओ वध तो वध वड्डी गिणती दे विच बेफिक्र होके, निडर होके, निधड़क होके दिल्ली वल नूं चाले पाओ। जिड्डा वड्डा कट तुसीं दिल्ली कर जाओगे, आने वाले समय के विच जो किसान आगू जिस तरह का प्रोग्राम दिंदे ने, उहदे तहत चल के ਆਪਾਂ ਅੱਗੇ ਜਿੱਤ ਵੱਲ ਵੱਧ ਸਕਦੇ ਹਾਂ। ਵਾਰ ਵਾਰ ਇਹੀ ਅਪੀਲ ਕਰਦਾ ਹੁੰਦਾ ਸ਼ਾਂਤੀ ਦੀ, ਕਿ ਸ਼ਾਂਤੀ ਬਣਾ ਕੇ ਰੱਖਣੀ ਹੈ, ਜਾਤ 'ਚ ਰਹਿਣਾ, ਕਿਉਂਕਿ ਸ਼ਾਂਤੀ ਬਣਾਈ ਰੱਖਾਂਗੇ, ਜਾਤ 'ਚ ਰਹਾਂਗੇ, ਤਾਂ ਜਿੱਤ ਸਾਡੀ ਯਕੀਨੀ ਹੈ ਭਰਾਵੋ। ਆਖਰੀ ਹਮਲਾ ਮਾਰਨ ਦੀ ਲੋੜ ਹੈ, ਅਖੀਰਲੇ ਮਰਹੱਲੇ ਦੇ ਉੱਤੇ ਪਹੁੰਚ ਚੁੱਕਿਆ ਸੰਘਰਸ਼ ਹੈ ਜਿਹੜਾ ਇਹ। ਸੋ ਆਓ ਮੈਂ ਸਾਰੇ ਮੇਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਹੁਣ ਆਪਣੇ ਆਤਮਾ ਦੀ ਆਵਾਜ਼ ਸੁਣੋ, ਆਪਣੇ ਦਿਲ ਦੀ ਹੂਕ ਨੂੰ ਸੁਣੋ, ਆਪਣੀਆਂ ਜ਼ਮੀਰਾਂ ਨੂੰ ਹਲੂਣਾ ਮਾਰੋ ਤੇ ਸੋਚੋ ਕਿ ਸਾਡਾ ਜਾਣਾ ਫਰਜ਼ ਬਣਦਾ, ਸਾਨੂੰ ਜਾਣਾ ਚਾਹੀਦਾ, ਮਸਲਾ ਬਹੁਤ ਵੱਡਾ। ਸੋ ਇਹੀ ਮੈਂ ਬੇਨਤੀਆਂ ਕਰਦਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ
ਤੁਸੀਂ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਆਪਣੀਆਂ ਗੱਡੀਆਂ ਲੈ ਕੇ ਦਿੱਲੀ ਵੱਲ ਨੂੰ ਵਿਹਰਾ ਕਰਤੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।